ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਆਮ ਆਦਮੀ ਪਾਰਟੀ ਦੇ ਬਾਗੀ ਹੋਏ ਲੀਡਰ ਸੁਖਪਾਲ ਖਹਿਰਾ ਨੇ ਅੱਜ ਗੁਰਦਾਸਪੁਰ ਵਿੱਚ ਵਲੰਟੀਅਰਸ ਕਨਵੈਨਸ਼ਨ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਖਹਿਰਾ ਨੇ ਜਿੱਥੇ ਭਗਵੰਤ ਮਾਨ ਰੋਜ ਜੰਮ ਕੇ ਭੜਾਸ ਕੱਢੀ, ਉੱਥੇ ਹੀ ਆਪਣੀ ਸਬਕਾ ਪਾਰਟੀ ਕਾਂਗਰਸ ਬਾਰੇ ਵੀ ਕਾਫੀ ਕੁਝ ਬੋਲੇ। ਖਹਿਰਾ ਨੇ ਕਿਹਾ ਕਿ ਉਹ ਆਪ ਨੂੰ ਮਜ਼ਬੂਤ ਕਰ ਰਹੇ ਹਨ ਤੇ ਕਰਦੇ ਰਹਿਣਗੇ, ਅਤੇ ਜੇਕਰ ਇਸ ਦੌਰਾਨ ਪਾਰਟੀ ਹਾਈਕਮਾਨ ਉਹਨਾਂ ਖਿਲਾਫ ਕੋਈ ਐਕਸ਼ਨ ਲੈਂਦੀ ਹੈ ਤਾਂ ਉਹ ਉਹਨਾਂ ਦੀ ਮਰਜ਼ੀ ਹੈ। ਅੱਜ ਦੀ ਕਨਵੈਨਸ਼ਨ ਵਿੱਚ ਖਹਿਰਾ ਨਾਲ ਉਹਨਾਂ ਦੇ ਧੜੇ ਦੇ ਸਾਰੇ ਵਿਧਾਇਕ ਵੀ ਮੌਜੂਦ ਰਹੇ। ਦੇਖੋ, ਅੱਜ ਸਾਡੀ ਇਹ ਤੀਸਰਾ ਜ਼ਿਲ੍ਹਾ ਪੱਧਰੀ ਕਾਨਫਰੰਸ ਹੈ ਜੀ ਗੁਰਦਾਸਪੁਰ ਵਿਖੇ, ਜੋ ਅਸੀਂ ਬਠਿੰਡੇ 'ਚ ਮਤੇ ਪਾਸ ਕੀਤੇ ਸੀ ਲੋਕਾਂ ਦੇ ਸਹਿਯੋਗ ਦੇ ਨਾਲ, ਔਰ ਇੱਕ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਝੰਡਾ ਚੁੱਕਿਆ ਸੀ, ਪ੍ਰਣ ਕੀਤਾ ਸੀ, ਵਾਹਿਗੁਰੂ ਦੀ ਕਿਰਪਾ ਦੇ ਨਾਲ ਬਠਿੰਡੇ ਤੋਂ ਲੈ ਕੇ ਅੱਜ ਤੱਕ ਸਾਨੂੰ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ। ਰੈਲੀ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਵਲੰਟੀਅਰਸ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਰਾਹੁਲ ਗਾਂਧੀ ਵੱਲੋਂ ਇੰਗਲੈਂਡ 'ਚ 1984 ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਾ ਹੋਣ ਸੰਬੰਧੀ ਦਿੱਤੇ ਬਿਆਨ ਕਾਰਨ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਬਿਆਨ ਦੇ ਕੇ ਪੰਜਾਬ ਦੀ ਜਨਤਾ ਦੇ ਨਾਲ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਦੋਸ਼ੀ ਕੌਣ ਹੈ, ਤੇ ਦੁੱਖ ਦੀ ਗੱਲ ਹੈ ਕਿ 34 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਅਜਿਹੇ ਬਿਆਨ ਦੇਣ ਦੀ ਬਜਾਏ ਰਾਹੁਲ ਗਾਂਧੀ ਇਸ ਗੱਲ ਨੂੰ ਸਵੀਕਾਰ ਕਰ ਲੋਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਅਤੇ 1984 ਸਿੱਖ ਕਤਲੇਆਮ ਦੇ ਸਿੱਖਾਂ ਨੂੰ ਇਨਸਾਫ ਦਿਵਾਉਣ। ਕੋਈ ਤਾਂ ਐਵੇਂ ਇੱਕ ਮਜ਼ਾਕ ਕਰਨ ਵਾਲੀ ਗੱਲ ਹੈ, ਸਾਰੀ ਦੁਨੀਆ ਨੂੰ ਪਤਾ ਵਾ ਕਿ ਬਹੁਤ ਦੁਖਦਾਈ ਗੱਲ ਹੈ ਕਿ 34 ਸਾਲ ਬਾਅਦ ਵੀ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ। ਔਰ ਇਹ ਕੁਛ ਲੋਕ ਇਸ ਨੂੰ ਦੰਗੇ ਕਹਿ ਕੇ ਪੇਸ਼ ਕਰਦੇ ਨੇ, ਦੰਗੇ ਨਹੀਂ ਸੀਗੇ। ਦੰਗੇ ਹੁੰਦੇ ਜਦੋਂ ਦੋ ਫਿਰਕਿਆਂ ਦੇ ਵਿੱਚ ਆਪਸ ਲੜਾਈ ਹੋਵੇ। ਇਹ ਤਾਂ ਇੱਕ ਸਟੇਟ ਸਪੋਂਸਰਡ ਜੈਨੋਸਾਈਡ ਸੀ, ਔਰ ਨਿਹੱਤੇ ਲੋਕਾਂ ਨੂੰ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਔਰ ਦੁਖਦਾਈ ਗੱਲ ਇਹ ਸੀ ਕਿ ਦੇਸ਼ ਦੀ ਰਾਜਧਾਨੀ ਪੁਲਿਸ ਫੌਜ ਦੀ ਨੱਕ ਦੇ ਥੱਲੇ ਕੀਤਾ ਗਿਆ। ਇਸ ਲਈ ਅਗਰ ਰਾਹੁਲ ਜੀ ਇਸ ਤਰ੍ਹਾਂ ਦੀ ਗੱਲ ਕਹਿੰਦੇ, ਦੈਟ ਇਜ਼ ਨੋਟ ਫੇਅਰ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਸਵੀਕਾਰ ਕਰਕੇ ਲੋਕਾਂ ਦੇ ਭਾਵਨਾਵਾਂ ਨੂੰ ਮਰਹਮ ਲਾ ਕੇ ਮਾਫ਼ੀ ਮੰਗਣੀ ਚਾਹੀਦੀ ਆ, ਔਰ ਇਹ ਜਿਹੜਾ ਜੁਡੀਸ਼ਲ ਪ੍ਰੋਸੈਸ ਆ ਇਹਨੂੰ ਬਹੁਤ ਤੇਜ਼ੀ ਨਾਲ ਲੋਕਾਂ ਨੂੰ ਇਨਸਾਫ ਦੇਣਾ, ਕਿਉਂਕਿ 34 ਸਾਲ ਬਾਅਦ ਇਨਸਾਫ ਨਾ ਮਿਲਣਾ, ਉਹ ਕਹਿੰਦੇ ਨੇ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਉੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਬਾਣੀ ਨੂੰ ਗਲਤ ਢੰਗ ਨਾਲ ਉਚਾਰਨ ਤੇ ਖਹਿਰਾ ਨੇ ਆਖਿਆ ਕਿ ਪਹਿਲਾਂ ਖੇਮਕਰਨ ਦੇ ਵਿਧਾਇਕ ਵੱਲੋਂ ਅਰਦਾਸ ਨੂੰ ਗਲਤ ਢੰਗ ਨਾਲ ਕਰਨ ਅਤੇ ਹੁਣ ਕੈਬਨਿਟ ਮੰਤਰੀ ਵੱਲੋਂ ਬਾਣੀ ਦੀਆਂ ਤੁੱਕਾਂ ਨੂੰ ਬਦਲਣ ਨਿੰਦਣ ਯੋਗ ਹੈ। ਉਹਨਾਂ ਕਿਹਾ ਕਿ ਜੇਕਰ ਉਹ ਬਾਣੀ ਠੀਕ ਨਹੀਂ ਬੋਲ ਸਕਦੇ ਤਾਂ ਸਾਦੀ ਭਾਸ਼ਾ ਵਿੱਚ ਲੋਕਾਂ ਨੂੰ ਆਪਣੀ ਗੱਲ ਸਮਝਾਉਣ। ਗਲਤ ਗੱਲ ਹੈ ਜੀ, ਬਿਲਕੁਲ, ਚਾਹੇ ਉਹ ਉਦਣ ਅਰਦਾਸ ਗਲਤ ਪੜ੍ਹੀ ਗਈ ਆ, ਮਰਿਆਦਾ ਭੰਗ ਕੀਤੀ ਗਈ ਆ ਬਲਟੋਹੇ ਦੇ ਖੇਮਕਰਨ ਦੇ ਐਮ ਐਲ ਏ ਵੱਲੋਂ, ਜਾਂ ਗੁਰਬਾਣੀ ਦੀਆਂ ਗੱਲਾਂ ਇੱਕ ਮੰਤਰੀ ਹੋ ਕੇ ਮਿਨਿਸਟਰ ਹੋ ਕੇ ਉਹਨਾਂ ਨੂੰ ਗਲਤ ਨਹੀਂ ਪੜ੍ਹਨਾ ਚਾਹੀਦਾ। ਇਹਦੇ ਨਾਲੋਂ ਚੰਗਾ ਤੁਸੀਂ ਨਾ ਬੋਲੋ, ਤੁਸੀਂ ਸਾਦੀਆਂ ਗੱਲਾਂ ਸਾਦੀ ਜ਼ੁਬਾਨ ਵਿੱਚ ਲੋਕਾਂ ਦੀ ਗੱਲ ਸਮਝਾਓ, ਕਿਉਂਕਿ ਅੱਗੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲੋਕਾਂ ਦੇ ਕਾਫੀ ਜਜ਼ਬਾਤ ਭੜਕੇ ਹੋਏ ਨੇ, ਔਰ ਅਸੀਂ ਇਹ ਯਤਨ ਕਰੀਏ ਕਿ ਆਓ ਆਪਾਂ ਇਹ ਸਾਰੀ ਜਿਹੜੀ ਹੈ ਪੰਜਾਬ ਦੀ ਇੱਕ ਸਾਂਝੀ ਵਾਲਤਾ ਹੈ, ਪੀਸ ਤੇ ਹਾਰਮੋਨੀਅਮ ਨੂੰ ਮੇਨਟੇਨ ਕੀਤਾ ਜਾਵੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ, 600 ਸਫ਼ਿਆਂ ਦੀ ਰਿਪੋਰਟ ਤੇ ਬਹਿਸ ਕਰਨ ਲਈ ਸਿਰਫ ਇੱਕ ਦਿਨ ਮਿਲੇਗਾ, ਜਦ ਕਿ ਬਹਿਸ ਲਈ ਇੱਕ ਹਫ਼ਤੇ ਦਾ ਸਮਾਂ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਹਿਬਲ ਕਲਾ ਗੋਲੀਕਾਂਡ ਵਿੱਚ 2 ਸਿੱਖ ਨੌਜਵਾਨ ਮਾਰੇ ਗਏ ਸਨ ਤੇ 3 ਸਾਲ ਹੋਣ ਜਾਣ ਦੇ ਬਾਅਦ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਖਹਿਰਾ ਨੇ ਕਿਹਾ ਕਿ ਇਸ ਗੋਲੀਕਾਂਡ ਵਿੱਚ ਦੋਸ਼ੀ ਪੁਲਿਸ ਵਾਲਿਆਂ ਨੂੰ ਬਾਦਲਾਂ ਨੇ ਬਚਾਇਆ ਤੇ ਉਲਟ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰੇ ਤੱਥ ਸਾਹਮਣੇ ਲਿਆ ਦਿੱਤੇ ਹਨ ਅਤੇ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਰਿਪੋਰਟ ਆਉਣ ਦੇ ਬਾਅਦ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋਈ। ਬੜਾ ਹੀ ਅਫਸੋਸ ਆ ਕਿ ਐਡੀ ਵੱਡੀ ਰਿਪੋਰਟ ਆਈ, ਸ਼ਾਇਦ 4 ਵੋਲਿਊਮਸ ਵਿੱਚ ਆ, 600 ਸਫ਼ੇ ਦੀ ਰਿਪੋਰਟ ਆ, ਔਰ ਮੈਂਬਰਸ ਨੂੰ ਕਹਿੰਦੇ ਨੇ ਕਿ ਅਸੀਂ ਸੋਮਵਾਰ ਟੇਬਲ ਕਰਾਂਗੇ, ਯਾਨੀ ਕਿ ਇੱਕ ਦਿਨ ਸਿਰਫ ਮਿਲੇਗਾ ਸਾਨੂੰ ਉਹਦੇ 'ਤੇ ਬਹਿਸ ਕਰਨ ਲਈ। ਸੋਮਵਾਰ ਅਤੇ ਮੰਗਲਵਾਰ 2 ਦਿਨ ਸੈਸ਼ਨ ਰਹਿ ਗਿਆ ਵਾ। ਹੁਣ ਤੁਸੀਂ ਦੱਸੋ ਮੈਨੂੰ 600 ਸਫ਼ੇ ਦੀ ਰਿਪੋਰਟ, ਕੋਈ MLAs ਜਿਹੜੇ ਨੇ, ਕੋਈ ਕੰਪਿਊਟਰਸ ਤਾਂ ਹੈ ਨਹੀਂ ਕਿ ਉਹਨਾਂ ਦੇ ਇੱਕ ਵਾਰੀ ਤੁਸੀਂ ਜ਼ਿਹਨ 'ਚੋਂ ਕੱਢਤਾ ਅਤੇ ਉਹ ਸਕੈਨ ਹੋ ਗਈ ਰਿਪੋਰਟ। ਇਹ ਬਹੁਤ ਅਨਫੇਅਰ ਸੀਗਾ। ਰਿਪੋਰਟ ਦੇਣ ਤੋਂ ਬਾਅਦ ਘੱਟੋ ਘੱਟ 1 ਹਫ਼ਤੇ ਦੀ ਬਹਿਸ ਦਾ ਸਮਾਂ ਹੋਣਾ ਚਾਹੀਦਾ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।